ਅਸਤਿਕਾ ਵੀਰ ਜੀ, ਸਾਰੇ ਵੀਰਾਂ ਨੂੰ ਸੰਦੀਪ ਡੇ ਫੈਨ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ। ਅਤੇ ਬਾਈ ਸੰਧੂ ਸਾਹਿਬ ਕੋਲ ਪਹੁੰਚ ਚੁੱਕੇ ਹਾਂ। ਦੇਖੋ ਗਾਵਾਂ ਲੈ ਕੇ ਬਾਈ ਉਹਨਾਂ ਦੇ ਹਰ ਵਾਰੀ ਨਿੱਕੇ ਨਿੱਕੇ ਭਾਅ ਲੈ ਕੇ ਅਤੇ ਅੱਜ ਵੀ ਨਿੱਕੇ ਨਿੱਕੇ ਭਾਅ। ਹਾਂਜੀ ਹਾਂਜੀ, ਅਤੇ ਸੰਧੂ ਸਾਹਿਬ ਨਾਲ ਗੱਲ ਕਰੀਏ। ਬਾਈ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹੋਰ ਸੰਧੂ ਸਾਹਿਬ? ਵਧੀਆ ਵਧੀਆ ਸੁਣੀਏ, ਵਧੀਆ ਜੀ। ਕਿਉਂ? ਹਾਂਜੀ ਹਾਂਜੀ ਠੀਕ ਹੈ ਜੀ, ਤੁਸੀਂ ਸੁਣਾਓ? ਸੁਣਾਓ। ਵਾਹ ਵਧੀਆ ਵਧੀਆ ਜੀ। ਸੰਧੂ ਸਾਹਿਬ ਮਾਲ ਦਾ ਮੈਂ ਜਲਦੀ ਵੀ ਕਿਹਾ ਬਾਈ ਜੀ ਉਤਰਾ। ਮਾਲ ਤਾਂ ਤੁਸੀਂ ਇੱਥੇ ਹੀ ਵੇਖੀ ਜਾਂਦਾ ਜੀ, ਜਿਵੇਂ ਕੋਈ ਅੱਜ ਵੇਖੀ ਕੋਈ ਕੱਲ੍ਹ ਵੇਖੀ, ਮਾਲ ਤਾਂ ਵੇਖਦਾ ਹੀ ਹੁੰਦਾ ਆਹੋ, ਜਿਵੇਂ ਆਪਾਂ ਕਹਿ ਦਈਏ ਜੀ। ਅੱਜ ਬਾਈ ਫਿਰ ਕਿੰਨੀ ਆ? ਅੱਜ ਆਪਾਂ ਵੀਡੀਓ 5 ਪਾਵਾਂਗੇ। 5? ਹਾਂਜੀ ਹਾਂਜੀ, ਕਰੀ ਜੀ ਸ਼ੁਰੂ ਫਿਰ। ਹਾਂਜੀ ਆ ਜਾਓ ਜੀ, ਕਹੋ ਜੀ, ਦਿਖਾਓ ਵੇਖੋ ਜੀ, ਕਹਾਂ ਦੇਖਣਾ ਬਾਈ ਜੀ। ਸੂਆ ਸੂਆ ਜੀ, ਸੂਆ ਸੁਨੀਲ ਜੀ ਦੂਸਰਾ ਜੇ। ਹਾਂਜੀ, ਜਿਹੜਾ ਦੁੱਧ ਮੇਰੇ ਘਰ ਮਿਲ ਲੈਣਾ ਨਾ, ਹਾਂਜੀ 23 ਕਿਲੋ ਜੇ, 24 ਕਿਲੋ ਜੇ, 27-28 ਕਿਲੋ ਕਹੂੰਗਾ। ਠੀਕ ਆ, 23-24 ਕਿਲੋ ਐ ਮਿਲ ਕੇ ਦਵਾਂਗੇ। ਲਓ ਜੀ, ਵੇਖੋ ਬੱਚਾ ਮਗਰ, ਬੱਚਾ ਆ ਗਿਆ, ਮਗਰ ਬੱਚਾ ਦੇ, ਬੱਚਾ ਮਗਰ ਆ ਗਿਆ ਤੇ ਵੇਖੋ ਤਰਾ ਦੀ ਨਸਲ, ਵੇਖੋ ਬੈਠ ਦੇ ਤੇ ਥਣ ਵੀ ਵੇਖੋ, ਵੇਖੋ 23 ਕਿਲੋ ਐ ਤੇ ਮਦਦ ਪੂਰਾ। ਹਾਂਜੀ, ਪਰ ਬਾਜੀ ਬੋਲੋ ਮੁੱਲ ਤੇ ਸੁਨੀਲ ਜੀ ਇਹਦਾ ਕਰੀਏ 80, ਮੁੱਲ ਕਰੀਏ 85। ਹਾਂਜੀ, ਜੇ ਹਾਂ ਨਾ ਜਿਹੜੀ ਹੈ ਨਾ 65,000 ਤੋਂ ਛੋੜ ਕਰਾਂਗੇ ਆਪੀ ਕਰਦੇ ਆ, ਪਾਣੀ ਕਹਿਣਾ 65,000 ਤੋਂ ਛੋੜ ਤੇ ਦੱਸ ਦੋ ਜੀ। ਨਹੀਂ ਮੈਂ ਕਹਿੰਦਾ ਨਹੀਂ, 50,000 ਚੌਥਾ ਦਿਨ ਸੂਈ ਨੂੰ ਜੇ, ਮਗਰ ਇਹਦੇ ਵਸ਼ੀ ਜੇ। ਨਾੜੂ ਨਾਲ ਵਸ਼ੀ ਮਗਰ ਨਾਲ ਹੀ, ਫਿਰ ਗਾਂ ਜਿਹੜੀ ਆਪਾਂ ਪਕਾਉਣੀ ਹੈ ਜੇ ਉਹਦੇ ਮਗਰ ਹੀ ਵਸ਼ੀ ਜੇ, ਇਹਦਾ ਵੀ ਨਾੜੂ ਨਾਲ ਜੇ, ਨਾੜੂ ਨਾਲ ਹੀ ਗਿੱਲੇ ਨਾਲ ਤੇ ਜਾਣਾ। ਹਾਂਜੀ, ਤੇ ਦੁੱਧ 20 ਕਿਲੋ ਪੱਕਾ। ਮੈਂ ਨਾ ਸੁਣੀ ਜੀ ਕੋਈ ਮਿਲ ਕੇ ਲੈ ਜੇ, ਚਲੋ ਕੱਢੋ ਬਰਬਾਰ ਕਰ। ਆ ਸੱਟ ਨਾ ਹੋਵੇ, ਹਾਂ ਲੱਖ ਰੁਪਏ ਦੀ ਵਸ਼ੀ ਦੇ ਆਪਾਂ ਵਿੱਚ ਦਾ ਹੱਥ ਰੱਖਦੇ ਹਾਂ ਜੀ। ਹਾਂ ਹਾਂ ਹਾਂ, ਬਸ ਜੀ ਸੱਟ ਲੱਗੀ ਆ ਆਪਾਂ ਵੀ ਭਾਣ ਹੈ ਵੀ ਆਪਾਂ ਕਹਿ ਦਈਏ ਵੀ ਆਪਾਂ 90 ਦੀ ਲਈ ਹੈ, ਜਿੱਦਾਂ ਵੀ ਸੱਟ ਲੱਗੀ ਜੋ ਮਰਜ਼ੀ ਕਰਾ ਹਨਾ, ਸੱਟ ਲੱਗਣਾ ਹੁਣ ਮਿਲ ਲੋ ਕਿਵੇਂ ਕੀ ਬਣੇ ਵੇ ਤੁਹਾਨੂੰ। ਹਾਂਜੀ, ਕੋਈ ਗੱਲ ਹੀ ਨੀ ਕਰ ਮਾੜੀ ਨੂੰ ਬੋਲੋ ਫਿਰ। ਬਾਕੀ ਤੁਸੀਂ ਚਾਰ ਪਲੇਟ ਦੇਖੋ, ਕਿਤੇ ਐ ਇੱਕ ਰੰਗ ਕਾਲੀ ਆ ਜੀ। ਬੋਲੋ ਭਾਜੀ, ਮੁੱਲ ਇਹਦਾ 75 ਜੀ। ਪੰਜਾਹ ਹਜ਼ਾਰ ਦੋ ਹਜ਼ਾਰ ਦੇ ਦਾਂਗੇ।
ਵੇਖੋ ਰੇਟ ਵੇਖੋ ਬਾਈ ਦਾ ਹੁਣ ਬਾਕੀ ਆਪਾਂ ਐਵੇਂ ਕਹਿ ਦਈਏ ਬਾਕੀ ਬਹੁਤ ਚੰਗੀ ਵਸੀ ਜੇ ਮਗਰ ਵੀ ਵਸੀ ਜੇ ਬਾਕੀ 45,000 ਤੁਸੀਂ ਆਪੇ ਪੰਜ ਛੱਡ ਹੋਰ ਜਾਣ ਦੋ ਗਿੱਲੇ ਨਾੜ ਵੀ ਸਾਰੀਆਂ ਤਾਜ਼ੀਆਂ ਮੈਡਮ ਬੱਚਾ ਨੀ ਹੈਗਾ ਬਾਕੀ ਪਤਾ ਨੀ ਕਦੋਂ ਠੀਕ ਆ ਕੀ ਮੁੱਲ ਕਰੀ 11 ਕਿਲੋ ਦੁੱਧ ਮਿੰਟੀ ਵਾਲਾ ਜੇ ਤੁਸੀਂ ਦੱਸ ਦੋ ਕੀ ਜਾਇਜ਼ ਮੁੱਲ ਕਰਕੇ ਦੋ ਵਾਰ ਦੱਸ ਦੋ 32,000 ਦੀ ਦੇ ਦਾਂਗੇ ਆਪੀ ਮੰਨ ਦੋ ਦੇ ਦੋ ਵਾਰ ਮਗਰ 9-10 ਕਿਲੋ ਮਿੰਟੀ ਵਾਲਾ ਦੁੱਧ ਹੋਊਗਾ ਜੀ ਚਲੋ ਤੋਰੋ ਗੁਰਾ ਦੇ ਲੰਮੀ ਤੋਰੋ ਲਓ ਜੀ ਵੇਖ ਲਓ ਕਰਾਂ ਦੀ ਤਿਲ ਵਹਿਣ 9-10 ਦਿਨ ਲਗਭਗ ਦੁੱਧ ਆ ਚੈੱਕ ਕਰ ਲਓ ਕਰਾਂ ਦੀ ਚਾਰ ਵਧੀਆ ਜੀ ਸਵਾਦ ਇੱਕ ਕਰਾਂ ਦੀ ਠੀਕ ਆ
ਤਿੰਨਾਂ ਜਣਾਂ ਦਾ ਇੱਕ ਨੰਬਰ ਜਵਾਬ ਆ ਜੀ। ਚੌਥੇ ਥਾਂ ਦੀ ਗਰੰਟੀ ਦੀ ਤਿੰਨਾਂ ਦੀ ਗਰੰਟੀ ਇਹ ਲਾਸਟ ਵੀ ਸੀ ਰਹਿ ਗਿਆ। ਹਾਂਜੀ ਦੱਸੋ ਸੰਧੂ ਜੀ ਭਾਈ ਆਪੀ ਨਹੀਂ ਦੇਣੀ ਬਸ ਦੋ 18,000 ਦੀ 18,000 ਦੀ ਹਾਂ ਇਹ ਵੇਖਿਆ ਜਾਣਾ 14,000 ਕਿਉਂ ਮੰਨਦੇ ਕਿ ਨਹੀਂ ਹੁਣ ਮੇਰੀ 14,000 ਚ ਛੋਟ ਹੋਣੀ ਜਾਣ ਮਾੜਾ ਨੀ ਦਿਲ ਦਾ ਬੜਾ ਸਾਫ ਬੰਦਾ ਜੀ ਚਲੋ ਮੇਰੇ ਪੂਰੀ ਦੱਸ ਲਿਆ ਠੀਕ ਹੈ ਜੀ ਚਲੋ ਹੋਰ ਭਾਜੀ ਫਿਰ ਵਾਹ ਵਧੀਆ ਬੋਲੋ ਬੰਦਾ 86 86 76 ਭਾਈ ਬੜੇ ਬਾਅਦ ਲਾਈਕ ਸ਼ੇਅਰ ਕਿਵੇਂ ਕਰਦੇ ਜੀ ਸਤਿ ਸ਼੍ਰੀ ਅਕਾਲ।